ਸਾਡੇ ਪਿਤਾ ਜਿਹੜੇ ਸੀ ਉਹ ਕਿਸਾਨ ਮਜ਼ਦੂਰ ਸੀ, ਉਹ ਸ਼ੁਰੂ ਤੋਂ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਸਾਡੇ ਘਰ ਦੇ ਇਕੱਲੇ ਉਹੀ ਇਕਲੌਤੇ ਸੀ ਜਿਹੜੇ ਕਮਾ ਕੇ ਸਾਡਾ ਸਾਰਿਆਂ ਦਾ ਢਿੱਡ ਭਰਦੇ ਸੀ। ਉਹਨਾਂ ਦੇ ਦੋ ਬੇਟੇ ਤਿੰਨ ਬੇਟੀਆਂ ਨੇ, ਚਾਰ ਸਾਡੀਆਂ ਕੁੜੀਆਂ ਨੇ, ਪੋਤਰੀਆਂ ਨੇ ਉਹਨਾਂ ਦੀਆਂ, ਤੇ ਉਹ ਹਮੇਸ਼ਾ ਸਾਰਿਆਂ ਦੇ ਕੰਮਾਂ 'ਚ ਕੰਮ ਆਉਂਦੇ ਕੀ ਸੀ। ਕਹੇ ਗਏ ਤੁਹਾਨੂੰ? ਸਾਨੂੰ ਕਿਹਾ ਸੀ ਵੀ ਅਸੀਂ ਦਿੱਲੀ ਜਾਵਾਂਗੇ, ਦਿੱਲੀ ਜਾ ਕੇ ਫਤਿਹ ਮੋਰਚਾ ਕਰਕੇ ਆਵਾਂਗੇ, ਸਾਡੇ ਹੱਕਾਂ ਦੇ ਲਈ ਅਸੀਂ ਲੜਾਂਗੇ। ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਪਹਿਲਾਂ ਹੀ ਸ਼ਹੀਦੀ ਪ੍ਰਾਪਤ ਕਰ ਜਾਣੀ। ਸਾਡੀ 2 ਕਿੱਲੇ ਪਹਿਲੀ, ਦੋਵਾਂ ਤੇ ਵੀ ਇੰਨਾ ਕਰਜ਼ਾ, ਸਾਡੀ ਤੇ ਸਰਕਾਰ ਤੋਂ ਇਹੀ ਮੰਗ ਏ ਵੀ ਸਾਡੇ ਪਿਓ ਨੂੰ, ਸਾਡੇ ਪਿਤਾ ਨੂੰ, ਕਿੰਨਾ ਸਰਦਾ ਕਰਜ਼ਾ ਸਿਰ ਤੇ ਤੁਹਾਡੇ? ਸਾਡੇ ਸਿਰ ਤੇ ਕਰਜ਼ਾ ਜੀ, ਬਹੁਤ ਜ਼ਿਆਦਾ ਬਹੁਤ ਜੀ, ਜ਼ਿਆਦਾ ਤੁਹਾਡੇ ਕਰਜ਼ਾ। ਤਾਂ ਤਿੰਨ ਕਾਫੀ ਬੇਟੀਆਂ ਬੱਚੇ ਉਹਨਾਂ ਨੇ ਉੱਥੇ ਹੀ ਵਿਆਹੇ ਨੇ, ਸ਼ੁਰੂ ਤੋਂ ਕਿਸਾਨੀ ਦੇ ਨਾਲ ਹੀ ਜੁੜੇ ਹੋਏ ਨੇ। ਹੁਣ ਕੀ ਮੰਗ ਕਰਦੇ ਸਰਕਾਰ? ਸਾਡੇ ਤੋਂ ਇਹੀ ਮੰਗ ਏ ਕਿਸਾਨ ਤੋਂ, ਇੱਕ ਤੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗੇ ਜਾਣ, ਨਹੀਂ ਤੇ ਨਿਹੱਤੇ ਕਿੰਨੇ ਕਿਸਾਨ ਮਰ ਸਕਦੇ ਨੇ। ਜਿਹੜੇ ਫੌਜੀ ਬਾਰਡਰ ਤੇ ਖੜੇ ਨੇ ਉਹ ਅੰਨੇਵਾਹ ਜ਼ੁਲਮ ਕਰ ਰਹੇ ਨੇ। ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿੰਨੇ ਨੌਜਵਾਨ ਕਿੰਨੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਇਸ ਲਈ ਦਿੱਲੀ ਸਾਡੀ ਰਾਜਧਾਨੀ, ਉੱਥੇ ਉਹਨਾਂ ਨੂੰ ਜਾਣਾ ਚਾਹੀਦਾ ਹੈ। ਕੀ ਨਾਮ ਤੁਹਾਡਾ? ਸਿਮਰਨਜੀਤ। ਹਾਂ, ਤੁਸੀਂ ਕੀ ਮੰਗ ਕਰੋਗੇ? ਮੰਗ ਕਰਦੇ ਸੀ ਤੇ ਇਹੀ ਮੰਗ ਕਹਿੰਦੇ, ਸਾਡੇ ਸਹੁਰੇ ਦੇ ਕਰਜ਼ਾ ਹੋ ਜਾਵੇ, ਮਾਫ਼ ਹੋਣਾ ਚਾਹੀਦਾ ਹੈ। ਕਿੰਨਾ ਕਰਜ਼ਾ ਹੋਣਾ? ਕਰਜ਼ਾ ਬਹੁਤ ਵੱਧ। ਕੀ ਨਾਮ ਹੈ ਆਪ ਜੀ ਦਾ? ਤੁਹਾਡਾ ਨਾਮ ਕੀ ਹੈ? ਕਿੰਨੇ ਦਿਨ ਲਗਾਤਾਰ ਜਾ ਰਹੇ? 13 ਤਰੀਕ ਦੇ ਗਏ ਨੇ, ਸਾਨੂੰ ਕਹਿ ਕੇ ਗਏ ਮੈਂ ਦਿੱਲੀ ਮੋਰਚਾ ਫਤਿਹ ਕਰਕੇ ਆਵਾਂਗਾ। ਸਾਡੇ ਪਿਤਾ ਜਿਹੜੇ ਸੀ ਉਹ ਕਿਸਾਨ ਮਜ਼ਦੂਰ ਸੀ, ਉਹ ਸ਼ੁਰੂ ਤੋਂ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਸਾਡੇ ਘਰ ਦੇ ਇਕੱਲੇ ਉਹੀ ਇਕਲੌਤੇ ਸੀ ਜਿਹੜੇ ਕਮਾ ਕੇ ਸਾਡਾ ਸਾਰਿਆਂ ਦਾ ਢਿੱਡ ਭਰਦੇ ਸੀ। ਉਹਨਾਂ ਦੇ ਦੋ ਬੇਟੇ ਤਿੰਨ ਬੇਟੀਆਂ ਨੇ, ਚਾਰ ਸਾਡੀਆਂ ਕੁੜੀਆਂ ਨੇ, ਪੋਤਰੀਆਂ ਨੇ ਉਹਨਾਂ ਦੀਆਂ, ਤੇ ਉਹ ਹਮੇਸ਼ਾ ਸਾਰਿਆਂ ਦੇ ਕੰਮਾਂ 'ਚ ਕੰਮ ਆਉਂਦੇ ਸੀ। ਕੀ ਕਹੇ ਗਏ ਤੁਹਾਨੂੰ? ਸਾਨੂੰ ਕਿਹਾ ਸੀ ਵੀ ਅਸੀਂ ਦਿੱਲੀ ਜਾਵਾਂਗੇ, ਦਿੱਲੀ ਜਾ ਕੇ ਫਤਿਹ ਮੋਰਚਾ ਕਰਕੇ ਆਵਾਂਗੇ, ਸਾਡੇ ਹੱਕਾਂ ਦੇ ਲਈ ਅਸੀਂ ਲੜਾਂਗੇ। ਸਾਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਪਹਿਲਾਂ ਹੀ ਸ਼ਹੀਦੀ ਪ੍ਰਾਪਤ ਕਰ ਜਾਣੀ। ਸਾਡੀ 2 ਕਿੱਲੇ ਪਹਿਲੀ, ਦੋਵਾਂ ਤੇ ਵੀ ਇੰਨਾ ਕਰਜ਼ਾ, ਸਾਡੀ ਤੇ ਸਰਕਾਰ ਤੋਂ ਇਹੀ ਮੰਗ ਏ ਵੀ ਸਾਡੇ ਪਿਓ ਨੂੰ, ਸਾਡੇ ਪਿਤਾ ਨੂੰ, ਕਿੰਨਾ ਕਰਜ਼ਾ ਸਿਰ ਤੇ ਤੁਹਾਡੇ? ਸਾਡੇ ਸਿਰ ਤੇ ਕਰਜ਼ਾ ਜੀ, ਬਹੁਤ ਬਹੁਤ ਜ਼ਿਆਦਾ ਕਰਜ਼ਾ। 3 ਬੇਟੀਆਂ ਬੱਚੇ ਉਹਨਾਂ ਨੇ ਉੱਥੇ ਹੀ ਵਿਆਹੇ ਨੇ, ਸ਼ੁਰੂ ਤੋਂ ਕਿਸਾਨੀ ਦੇ ਨਾਲ ਹੀ ਜੁੜੇ ਹੋਏ ਨੇ। ਹੁਣ ਕੀ ਮੰਗ ਕਰਦੇ ਸਰਕਾਰ? ਸਾਡੇ ਤੋਂ ਇਹੀ ਮੰਗ ਏ ਕਿਸਾਨ ਤੋਂ, ਇੱਕ ਤੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗੇ ਜਾਣ, ਨਹੀਂ ਤੇ ਨਿਹੱਤੇ ਕਿੰਨੇ ਕਿਸਾਨ ਮਰ ਸਕਦੇ ਨੇ। ਜਿਹੜੇ ਫੌਜੀ ਬਾਰਡਰ ਤੇ ਖੜੇ ਨੇ ਉਹ ਅੰਨੇਵਾਹ ਜ਼ੁਲਮ ਕਰ ਰਹੇ ਨੇ। ਹੁਣ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿੰਨੇ ਨੌਜਵਾਨ ਕਿੰਨੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਇਸ ਲਈ ਦਿੱਲੀ ਸਾਡੀ ਰਾਜਧਾਨੀ, ਉੱਥੇ ਉਹਨਾਂ ਨੂੰ ਜਾਣਾ ਚਾਹੀਦਾ ਹੈ। ਕੀ ਨਾਮ? ਸਿਮਰਨਜੀਤ। ਹਾਂ, ਤੁਸੀਂ ਕੀ ਮੰਗ ਕਰੋਗੇ? ਮੰਗ ਕਰਦੇ ਸੀ ਤੇ ਇਹੀ ਮੰਗ ਕਹਿੰਦੇ, ਸਾਡੇ ਸਹੁਰੇ ਦੇ ਕਰਜ਼ਾ ਹੋ ਜਾਵੇ, ਮਾਫ਼ ਹੋਣਾ ਚਾਹੀਦਾ ਹੈ। ਕਿੰਨਾ ਕਰਜ਼ਾ ਹੋਣਾ? ਕੀ ਨਾਮ ਹੈ ਆਪ ਜੀ ਦਾ? ਤੁਹਾਡਾ ਨਾਮ ਕੀ ਹੈ? ਕਿਸ ਤਰ੍ਹਾਂ ਦੇ ਹਾਲਾਤ ਹੈ? ਕਿੰਨੇ ਦਿਨ ਲਗਾਤਾਰ ਜਾ ਰਹੇ? 13 ਤਰੀਕ ਦੇ ਗਏ ਨੇ, ਸਾਨੂੰ ਕਹਿ ਕੇ ਗਏ ਮੈਂ ਦਿੱਲੀ ਮੋਰਚਾ ਫਤਿਹ ਕਰਕੇ ਆਵਾਂਗਾ।